ਲੁਧਿਆਣਾ ਐਸਟੀਐਫ ਰੇਂਜ ਪੁਲਿਸ ਨੇ ਹੁਸੈਨਪੁਰ ਰੋਡ ਤੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਆਰੋਪੀ ਨੂੰ 230 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਹਰਵੰਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਆਰੋਪੀ ਨੂੰ ਮੌਕੇ ਤੋਂ ਕਾਬੂ ਕੀਤਾ। ਕੱਲ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਸਮੇਤ ਹੋਰ ਮੁਲਾਜ਼ਮਾਂ ਦੇ ਪਿੰਡ ਹੁਸੈਨਪੁਰ ਨੇੜੇ ਹਾਜ਼ਰ ਸੀ, ਜਿਨ੍ਹਾਂ ਬੱਸ ਮੁਖਬਰੀ ਹੋਈ ਕਿ ਇੱਕ ਆਰੋਪੀ ਕੁਲਵਿੰਦਰ ਸਿੰਘ ਜੋ ਹਰਿਆਣੇ ਦਾ ਰਹਿਣ ਵਾਲਾ ਅਤੇ ਹੁਸੈਨਪੁਰਾ ਰੋਡ ਦੇ ਨੇੜੇ ਇੱਕ ਫੈਕਟਰੀ ਦੇ ਕੋਲ ਇੱਕ ਖਾਲੀ ਪਲਾਟ ਦੇ ਵਿੱਚ ਖੜਿਆ ਆਪਣੀ ਹੈਰੋਇਨ ਵੇਚਣ ਦੀ ਤਾਕ ਦੇ ਵਿੱਚ ਗਾਹਕਾਂ ਦੀ ਉਡੀਕ ਦੇ ਵਿੱਚ ਹਾਜ਼ਰ ਆ। ਅਗਰ ਰੇਡ ਕੀਤਾ ਜਾਵੇ ਤਾਂ ਇਹ ਕਾਬੂ ਆ ਸਕਦਾ, ਜਿਸ ਦੇ ਮੁਖਬਰੀ ਦੇ ਆਧਾਰ 'ਤੇ ਆਰੋਪੀ ਦੇ ਵਰਕਲੱਬ NDPS ਐਕਟ ਦਾ ਮੁਕੱਦਮਾ ਥਾਣਾ SDF ਮੋਹਾਲੀ ਵਿਖੇ ਦਰਜ ਕਰਾ ਕੇ ਜਦੋਂ ਰੇਡ ਕੀਤਾ ਤਾਂ ਇਹਨੂੰ ਕਾਬੂ ਕਰਕੇ ਇਹਦੇ ਕਬਜ਼ੇ ਵਿੱਚੋਂ ਕਾਰ ਦੇ ਵਿੱਚੋਂ 93 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਹਨੂੰ ਅਸੀਂ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ। ਪੇਸ਼ ਕਰਕੇ ਇਹਦਾ ਲੰਮਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਅਤੇ ਇਹਦੇ ਗਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਜਲੰਧਰ ਵਿੱਚ ਬੀਤੀ ਰਾਤ ਹਿੱਟ ਐਂਡ ਰਨ ਘਟਨਾ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਕਾਰ ਸਵਾਰ ਨੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਕੁਚਲ ਦਿੱਤਾ। ਗੰਭੀਰ ਰੂਪ 'ਚ ਜ਼ਖਮੀ ਨੌਜਵਾਨ ਕਮਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਆਰੋਪੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਦੋਸ਼ੀ ਕਾਰ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਭਾਅ ਜੀ 20 ਮਿੰਟ ਦੇ ਸਾਹਮਣੇ ਵੇਚੇ ਜੀ ਜਾ ਰਹੇ ਸੀ ਉਹ ਤਾਂ ਲੰਘਦੇ ਪਏ ਗਏ ਐਕਟੀਵਾ 'ਤੇ। ਇਹ ਭਾਅ ਜੀ ਉਹ ਗੱਡੀ ਵਾਲੇ ਬੜੀ ਤੇਜ਼ ਆਏ ਭਾਈ, ਸਾਨੂੰ ਓਵਰਟੈਕ ਕੀਤਾ ਉਹਨਾਂ ਨੇ, ਅਸੀਂ ਉੱਧਰਲੇ ਪਾਸੇ ਪਰਲੇ ਪਾਸੇ ਡਿੱਗਣ ਲੱਗ ਗਏ ਜੀ, ਆਪਾਂ ਬਚ ਗਏ ਭਾਅ ਜੀ। ਥੋੜ੍ਹੀ ਅੱਗੇ ਗਏ ਭਾਅ ਜੀ ਉਹ ਮਰੂਤੀ ਵਾਲੇ ਬੰਦੇ ਉਹਨੂੰ ਠੋਕ ਕੇ ਗਏ ਸੀ ਭਾਅ ਜੀ ਬੜੀ ਸਪੀਡ ਨਾਲ, ਠੀਕ ਹੈ ਭਾਅ ਜੀ। ਉਹਨਾਂ ਨੂੰ ਚੱਕਿਆ ਭਾਅ ਜੀ ਹੋਸਪਿਟਲ ਲੈ ਕੇ ਆਏ ਆ, ਗੱਡੀ ਦਾ ਨੰਬਰ ਅਸੀਂ ਨੋਟ ਕਰ ਲਿਆ ਹੋਇਆ ਭਾਅ ਜੀ। ਉਹ ਬੰਦੇ ਦੌੜ ਕੇ ਹੋਏ ਗਰੇ ਕਿਲਰ ਦੇ, ਉਹਨਾਂ ਕੋਲ ਮਰੂਤੀ ਹੈ ਭਾਅ ਜੀ। ਇਹ ਕਾਹਦੇ ਸੀਗੇ? ਹਾਂਜੀ ਭਾਅ ਜੀ ਹੁਣੇ ਹੁਣੇ ਭਾਅ ਜੀ 5 ਮਿੰਟ ਹੋਏ ਭਾਅ ਜੀ। ਨਹੀਂ ਭਾਅ ਜੀ ਜਿਹਨੇ ਤੁਸੀਂ ਲੈ ਕੇ ਆਏ ਉਹ ਕਦੇ ਦੇ ਸੀ? ਇਹ ਨਹੀਂ ਪਤਾ ਭਾਅ ਜੀ, ਉਹ ਡਿੱਗੇ ਪਏ ਸੀ ਭਾਅ ਜੀ, ਉਹਦੇ ਮੰਡੀ ਰੋਡ ਦਾ ਇਕੱਠੀ ਹੋਈ ਸੀ, ਆਪਾਂ ਭਾਅ ਜੀ ਹੋਸਪਿਟਲ ਚੱਕ ਕੇ ਲੈ ਗਏ ਉਹ। ਇਹ ਪੈਦਲ ਸੀ ਜੇ ਜਾ ਰਹੇ? ਇਹ ਨਹੀਂ ਪਤਾ ਭਾਅ ਜੀ, ਐਕਟੀਵਾ ਦੇ ਇਹਦੀ ਪੈਦਲ ਸੀ, ਉੱਥੇ ਐਕਟੀਵਾ ਲਈ ਚਿੱਟੇ ਕਲਰ ਦੀ, ਉਹ ਅਸੀਂ ਚੱਕੀ ਨਹੀਂ, ਆਪਾਂ ਆਪਣੇ ਐਕਟੀਵਾ ਲੈ ਕੇ ਆਏ ਉਹਦੇ ਭਾਅ ਜੀ।